ਇਹ ਸੰਦੇਸ਼ ਪਰਮੇਸ਼ੁਰ ਦੇ ਬੰਦੇ ਬ੍ਰਦਰ ਡਾਲਟਨ ਬਰੂਸ ਦੇ ਵੱਲੋਂ 17 ਅਪ੍ਰੈਲ 2020 ਦੇ ਵਿੱਚ ਬੈਥਲ ਦਾ ਹਾਊਸ ਆਫ ਗੋਡ ਟ੍ਰਿਨਿਡਾਡ ਵੈਸਟ ਇੰਡੀਜ਼ ਦੇ ਵਿੱਚ ਪ੍ਰਚਾਰ ਕੀਤਾ ਗਿਆ। ਇਸ ਸੰਦੇਸ਼ ਦਾ ਟਾਈਟਲ ਹੈ ਹੈਜ਼ ਮੈਨਕਾਈਂਡ ਓਬੇਡ ਦਾ ਲਾਜ਼ ਆਫ ਗੋਡ ਪਲੇਗ ਵੇਕ ਅਪ ਕਾਲ। ਕੀ ਮਨੁੱਖ ਜਾਤ ਨੇ ਪਰਮੇਸ਼ੁਰ ਦੇ ਕਾਨੂੰਨਾਂ ਦੀ ਆਗਿਆਕਾਰੀ ਕੀਤੀ ਹੈ? ਬਵਾ ਇੱਕ ਜਗਾਉਣ ਵਾਲਾ ਸੱਦਾ। ਸਾਡੇ ਇੱਥੇ ਕੈਰੇਬੀਅਨ ਵਿੱਚ ਅਤੇ ਵਿਸ਼ਵ ਭਰ ਵਿੱਚ ਸਾਡੇ ਸਾਰੇ ਸਬਸਕ੍ਰਾਈਬਰਾਂ ਉੱਪਰ ਸ਼ਾਂਤੀ ਦੁੱਗਣੀ ਕਰਕੇ ਹੋਵੇ। ਅਸੀਂ ਕਹਿੰਦੇ ਹਾਂ ਤੁਹਾਡੇ 'ਤੇ ਸ਼ਾਂਤੀ ਦੁੱਗਣੀ ਕਰਕੇ ਹੋਵੇ। ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਸਮੇਂ 'ਤੇ ਆ ਪਹੁੰਚੇ ਹਾਂ ਅਤੇ ਜਿਵੇਂ ਕਿ ਅਸੀਂ ਸਾਰੇ ਇਸ ਬਵਾ ਬਾਰੇ ਜਾਣਦੇ ਹਾਂ ਜੋ ਕਿ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰ ਰਹੀ ਹੈ, ਸਾਨੂੰ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਥਾਰਟੀਜ਼ ਦੀਆਂ ਸਾਰੀਆਂ ਸਲਾਹਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਸਾਰਾ ਸੰਸਾਰ ਬੰਦ ਪਿਆ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਬਚਾਓ ਦੇ ਵਾਸਤੇ ਇਹਨਾਂ ਗੱਲਾਂ 'ਤੇ ਵਿਚਾਰ ਕਰਨਾ ਜ਼ਰੂਰੀ ਹੈ। ਮੇਰਾ ਵਿਸ਼ਵਾਸ ਹੈ ਕਿ ਸਰਵਸ਼ਕਤੀਮਾਨ ਪਰਮੇਸ਼ੁਰ ਹੀ ਇਸ ਵਿੱਚ ਦਖਲ ਅੰਦਾਜ਼ੀ ਕਰ ਸਕਦਾ ਹੈ। ਅਸੀਂ ਵੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਹੱਥ ਹਰ ਇੱਕ ਜਾਤੀ, ਹਰੇਕ ਰੰਗ, ਹਰ ਇੱਕ ਤਰ੍ਹਾਂ ਦੇ ਲੋਕਾਂ ਦੀ ਰੱਖਿਆ ਕਰਦੇ ਹਨ। ਅਸੀਂ ਉਸ ਨੂੰ ਮਹਿਮਾ ਦਿੰਦੇ ਹਾਂ। ਅਸੀਂ ਪੱਕਾ ਵਿਸ਼ਵਾਸ ਕਰਦੇ ਹਾਂ ਕਿ ਇਹ ਪ੍ਰਭੂ ਹੀ ਸੀ ਜੋ ਸੰਸਾਰ ਭਰ ਵਿੱਚ ਗਿਆ ਅਤੇ ਸਾਰੇ ਮਨੁੱਖਾਂ, ਪਾਪੀਆਂ ਅਤੇ ਸੰਤਾਂ ਨੂੰ ਸੰਸਾਰ ਦੇ ਹਰ ਇੱਕ ਹਿੱਸੇ ਵਿੱਚ ਜਾਗਣ ਦਾ ਸੱਦਾ ਦਿੱਤਾ। ਅਸੀਂ ਪ੍ਰਭੂ ਦੇ ਹੱਥ ਨੂੰ ਉਸਦੀ ਕਿਰਪਾ ਦੁਆਰਾ ਧਾਰਮਿਕ ਅਤੇ ਇੱਥੋਂ ਤੱਕ ਕਿ ਗੈਰ ਧਾਰਮਿਕ ਲੋਕਾਂ ਨੂੰ ਬਚਾਉਂਦਾ ਹੋਇਆ ਵੇਖ ਪਾ ਰਹੇ ਹਾਂ। ਸਾਨੂੰ ਉਹਨਾਂ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਨ੍ਹਾਂ ਕਾਨੂੰਨਾਂ ਨੂੰ ਉਹਨਾਂ ਸਰਕਾਰਾਂ ਨੇ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਨਿਰਧਾਰਿਤ ਕੀਤਾ ਹੈ। ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਅਤੇ ਕੀ ਵੇਖਦੇ ਹਾਂ ਕਿ ਜਦੋਂ ਹੋਰ ਬਵਾ ਸੰਸਾਰ ਦੇ ਦੇਸ਼ਾਂ 'ਤੇ ਆਈਆਂ ਤਾਂ ਉਹੀ ਉਪਾਅ ਕੀਤੇ ਗਏ ਜੋ ਉਹ ਹੁਣ ਵਰਤ ਰਹੇ ਹਨ। ਅਸੀਂ ਹਮੇਸ਼ਾ ਮੱਧ ਯੁੱਗ ਦੀ ਬਵਾ ਨੂੰ ਉਦਾਹਰਣ ਦੇ ਲਈ ਵਰਤਦੇ ਹਾਂ ਜਿਸ ਨੂੰ ਬਲੈਕ ਡੈਥ, ਬਿਊਬੋਨਿਕ ਬਵਾ ਕਹਿੰਦੇ ਸਨ। ਇਹ ਉਹੀ ਉਪਾਅ ਸਨ ਜੋ ਉਹਨਾਂ ਨੇ ਵਰਤੇ। ਘੱਟ ਸੰਗਤੀ, ਇੱਥੋਂ ਤੱਕ ਕਿ ਰਿਸ਼ਤੇਦਾਰਾਂ ਤੋਂ ਦੂਰ ਭੱਜਣਾ ਅਤੇ ਉਹ ਉਹਨਾਂ ਦੀ ਮਦਦ ਲਈ ਵੀ ਨਹੀਂ ਜਾਂਦੇ ਸਨ। ਇਹ ਸਭ ਇੰਟਰਨੈਟ ਦੇ ਉੱਪਰ ਹੈ ਜੋ ਮੁਫਤ ਵਿੱਚ ਪੜ੍ਹਿਆ ਜਾ ਸਕਦਾ ਹੈ ਅਤੇ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਇਹ ਹਨੇਰੇ ਕਲਾਂ ਤੋਂ ਠੀਕ ਬਾਅਦ ਵਿੱਚ ਵਾਪਰਿਆ ਜਦੋਂ ਰੋਮਨ ਕੈਥੋਲਿਕ ਨੇ ਸਾਰੇ ਸੰਸਾਰ ਉੱਤੇ ਰਾਜ ਕੀਤਾ। ਪਰਮੇਸ਼ੁਰ ਫਿਰ ਤੋਂ ਇੱਕ ਜਗਾਉਣ ਵਾਲੇ ਸੱਦੇ ਨਾਲ ਸੰਸਾਰ ਭਰ ਵਿੱਚ ਗਿਆ ਤਾਂ ਕਿ ਆਦਮੀ ਨੂੰ ਸਜ਼ਾ ਦੇਵੇ ਅਤੇ ਇਹ ਸਮਾਂ 1918 ਸਾਲ ਦਾ ਸੀ। ਇਹ ਬਵਾ ਠੀਕ 2 ਸਾਲ ਤੱਕ ਚੱਲੀ। ਆਖਿਰ ਪਰਮੇਸ਼ੁਰ ਨੇ ਉਹਨਾਂ ਨੂੰ ਇਸ ਬਵਾ ਤੋਂ ਬਚਾਇਆ ਅਤੇ ਜੋ ਬਵਾ ਉਸ ਸਮੇਂ ਧਰਤੀ ਉੱਪਰ ਸੀ ਉਹ ਰੁਕ ਗਈ ਅਤੇ ਉਹ ਜਾਣ ਨਾ ਸਕੇ ਕਿ ਇਹ ਬਵਾ ਕਿਵੇਂ ਚਲੀ ਗਈ। ਪਰਮੇਸ਼ੁਰ ਨੇ ਬਵਾ ਨੂੰ ਆਉਣ ਦਿੱਤਾ ਅਤੇ ਫਿਰ ਉਸਨੇ ਆਪਣੀ ਕਿਰਪਾ ਦੁਆਰਾ ਇਹਨੂੰ ਦੂਰ ਕਰ ਦਿੱਤਾ। ਇਹ ਪਾਪੀਆਂ ਅਤੇ ਵਿਸ਼ਵਾਸੀਆਂ ਵਾਸਤੇ ਇੱਕ ਜਗਾਉਣ ਵਾਲਾ ਸੱਦਾ ਸੀ। ਸਾਨੂੰ ਲਗਾਤਾਰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ, ਪਰ ਮਨੁੱਖ ਜਾਤੀ ਲਈ ਤੌਬਾ ਕੀਤੇ ਬਗੈਰ ਕੀਤੀ ਗਈ ਪ੍ਰਾਰਥਨਾ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੀ ਅਤੇ ਸਰਵਸ਼ਕਤੀਮਾਨ ਪਰਮੇਸ਼ੁਰ ਦੁਆਰਾ ਸੁਣੀ ਨਹੀਂ ਜਾ ਸਕਦੀ ਹੈ। ਅਸੀਂ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਦੇ ਨਾਲ, ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਜੋ ਉਹਨਾਂ ਨੇ ਲਾਗੂ ਕੀਤੀਆਂ ਹਨ। ਅਸੀਂ ਭਰੋਸਾ ਕਰ ਰਹੇ ਹਾਂ ਅਤੇ ਆਸ ਕਰ ਰਹੇ ਹਾਂ। ਇਹ ਗੱਲਾਂ ਸਾਰੇ ਸੰਸਾਰ ਅਤੇ ਵੱਖ ਵੱਖ ਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕਰਨਗੀਆਂ। ਲਿਖਤ ਕਹਿੰਦੀ ਹੈ, ਨਾ ਛੂਹਣਾ, ਨਾ ਚੱਖਣਾ, ਨਾ ਵਰਤਣਾ। ਜਿਵੇਂ ਕਿ ਯਹੂਦੀਆਂ ਨੇ ਆਪਣੇ ਦਿਨ ਵਿੱਚ ਸੰਸਾਰ ਦੀਆਂ ਕੌਮਾਂ ਦੇ ਖਿਲਾਫ ਇਸ ਨੂੰ ਸਥਾਪਿਤ ਕੀਤਾ ਸੀ। ਉਹ ਉਹਨਾਂ ਨੂੰ ਗੈਰ ਯਹੂਦੀ ਕਰਕੇ ਸਾਦੇ ਸਨ। ਇਹ ਇਸਦਾ ਇੱਕ ਕੁਦਰਤੀ ਹਿੱਸਾ ਸੀ। ਅੱਜ ਅਸੀਂ ਇਸਦੇ ਕੁਦਰਤੀ ਹਿੱਸੇ ਨੂੰ ਲਾਗੂ ਕਰ ਰਹੇ ਹਾਂ। ਅਸੀਂ ਸਾਰੇ ਇਸ ਕੁਦਰਤੀ ਹਿੱਸੇ ਤੋਂ ਜਾਣੂ ਹਾਂ ਅਤੇ ਅਸੀਂ ਇਸ ਨਾਲ ਸਹਿਮਤ ਹਾਂ ਅਤੇ ਅਸੀਂ ਇਸਦਾ ਅਭਿਆਸ ਕਰ ਰਹੇ ਹਾਂ। ਚਰਚ ਦੇ ਦਰਵਾਜ਼ੇ ਬੰਦ ਹਨ, ਸਕੂਲਾਂ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ, ਕਈ ਸਰਕਾਰੀ ਥਾਵਾਂ ਬੰਦ ਹਨ, ਬਹੁਤ ਸਾਰੇ ਕਾਰੋਬਾਰ ਬੰਦ ਹਨ ਜਾਂ ਅੰਸ਼ਿਕ ਰੂਪ ਨਾਲ ਖੁੱਲ੍ਹ ਜਾਂਦੇ ਹਨ। ਅਸੀਂ ਸਰਕਾਰ ਦੇ ਸਾਰੇ ਸੁਝਾਵਾਂ ਨਾਲ ਸਹਿਮਤ ਹਾਂ ਜੋ ਉਸਨੇ ਦਿੱਤੇ।
ਜਿਵੇਂ ਕਿ ਇੱਕ ਦੂਜੇ ਕੋਲੋਂ ਲੈ ਕੇ ਨਾ ਖਾਓ, ਇੱਕ ਦੂਜੇ ਨਾਲ ਹੱਥ ਨਾ ਮਿਲਾਓ, ਇੱਕ ਦੂਜੇ ਨੂੰ ਨਾ ਛੂਹੋ, ਕਿਸੇ ਦੇ ਬਹੁਤ ਨੇੜੇ ਜਾ ਕੇ ਨਾ ਬੋਲੋ, ਕਿਉਂਕਿ ਇਹ ਵਾਇਰਸ ਮੂੰਹ ਦੁਆਰਾ, ਨੱਕ ਦੁਆਰਾ ਅਤੇ ਹੋਰ ਕਈ ਤਰੀਕਿਆਂ ਦੁਆਰਾ ਇੱਕ ਤੋਂ ਦੂਜੇ ਤੱਕ ਪਹੁੰਚ ਸਕਦਾ ਹੈ। ਅਸੀਂ ਇਸ ਨੂੰ ਕਬੂਲ ਕਰਦੇ ਹਾਂ ਅਤੇ ਅਸੀਂ ਇਸ ਦਾ ਵਿਸ਼ਵਾਸ ਕਰਦੇ ਹਾਂ। ਹੋਰ ਨਿਯਮ ਬਹੁਤ ਮਹੱਤਵਪੂਰਨ ਹਨ ਜੋ ਕਿ ਭੋਜਨ ਨੂੰ ਪ੍ਰਾਪਤ ਕਰਨ ਦੇ ਬਾਰੇ ਵਿੱਚ ਹਨ। ਆਪਣੇ ਕਿਸੇ ਨੇੜੇ ਦੇ ਗੁਆਂਢੀ ਕੋਲੋਂ ਵੀ ਭੋਜਨ ਪ੍ਰਾਪਤ ਨਾ ਕਰਨਾ, ਨਾ ਆਪਣੇ ਰਿਸ਼ਤੇਦਾਰਾਂ ਤੋਂ, ਨਾ ਰੈਸਟੋਰੈਂਟਾਂ ਤੋਂ, ਨਾ ਬਾਹਰ ਖਾਣ ਵਾਲੇ ਸਥਾਨਾਂ ਤੋਂ, ਅਤੇ ਨਾ ਹੀ ਆਪਣੇ ਭੋਜਨ ਨੂੰ ਪਬਲਿਕ ਵਿੱਚ ਖੋਲ੍ਹਣਾ। ਇੱਥੇ ਹੋਰ ਵੀ ਸਵਾਲ ਹਨ ਜੋ ਇਸ ਵਿੱਚ ਸ਼ਾਮਿਲ ਹਨ ਅਤੇ ਅਸੀਂ ਲੋਕ ਅਤੇ ਬੈਤਲ ਦੇ ਸਬਸਕ੍ਰਾਈਬਰ ਸਵਾਲ ਪੁੱਛਦੇ ਹਨ ਅਤੇ ਉਹ ਲੋਕਾਂ ਦੁਆਰਾ ਉੱਤਰ ਦਿੱਤੇ ਗਏ ਸਵਾਲਾਂ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਦੂਜੀਆਂ ਚੀਜ਼ਾਂ ਬਾਰੇ ਸੋਚਦੇ ਹਨ। ਉਹ ਉਹਨਾਂ ਲੋਕਾਂ ਬਾਰੇ ਹੈਰਾਨ ਹਨ ਜੋ ਇਹਨਾਂ ਗੱਲਾਂ ਦਾ ਅਭਿਆਸ ਕਰ ਰਹੇ ਹਨ ਅਤੇ ਉਹ ਕਿੰਨੇ ਹੀ ਵਧੀਆ ਤਰੀਕੇ ਨਾਲ ਇਸ ਦਾ ਅਭਿਆਸ ਕਰ ਰਹੇ ਹਨ ਤਾਂ ਕਿ ਇਸ ਮਾਰੂ ਬਵਾ ਤੋਂ ਬਚ ਸਕਣ ਜਿਸ ਨੂੰ ਕੋਵਿਡ-19 ਆਖਦੇ ਹਨ। ਅਤੇ ਉਹ ਇਸ਼ਤਿਹਾਰਾਂ ਤੋਂ ਵੀ ਵੱਧ ਕੇ ਹੋਰ ਕਈ ਸਾਵਧਾਨੀਆਂ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਉਹਨਾਂ ਲੋਕਾਂ ਬਾਰੇ ਹੈਰਾਨ ਹਨ ਜੋ ਇਸ ਭੋਜਨ ਨੂੰ ਤਿਆਰ ਕਰ ਰਹੇ ਹਨ, ਖਾਣਾ ਪਕਾ ਰਹੇ ਹਨ ਅਤੇ ਆਪਣੇ ਨੰਗੇ ਹੱਥਾਂ, ਇੱਥੋਂ ਤੱਕ ਕਿ ਦਸਤਾਨੇ ਨਾਲ ਵੀ ਪੈਕ ਕਰਨ ਵਿੱਚ ਸਹਾਇਤਾ ਕਰ ਰਹੇ ਹਨ। ਉਹ ਕਿੰਨੇ ਕੁ ਸੁਰੱਖਿਅਤ ਹਨ? ਉਹ ਇਸ ਖਾਣੇ ਨੂੰ ਡੱਬਿਆਂ ਵਿੱਚ, ਰੈਪਰ ਵਿੱਚ ਘਰ ਵਿੱਚ ਲੈ ਕੇ ਆਉਣ ਅਤੇ ਆਪਣੇ ਬੱਚਿਆਂ ਅਤੇ ਹੋਰਾਂ ਨੂੰ ਖਿਲਾਉਣ ਦੇ ਲਈ ਬਹੁਤ ਹੈਰਾਨ ਹਨ। ਮੈਂ ਹੈਰਾਨ ਹਾਂ ਕਿ ਉਹ ਅਜਿਹੀਆਂ ਸਾਵਧਾਨੀਆਂ ਵਰਤ ਰਹੇ ਹਨ। ਜੇਕਰ ਉਹ ਇਹਨਾਂ ਚੀਜ਼ਾਂ 'ਤੇ ਅਲਕੋਹਲ ਸਪਰੇ ਕਰਨ ਤਦ ਇਹ ਅਲਕੋਹਲ ਇਸ ਕੀਟਾਣੂ ਨੂੰ ਮਾਰ ਸਕਦਾ ਹੈ ਜਿਹੜਾ ਕਿ ਉਹਨਾਂ ਨੂੰ ਮਾਰ ਰਿਹਾ ਹੈ। ਇਹ ਚੀਜ਼ਾਂ ਹਨ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਉਹ ਸਵਾਲ ਹਨ ਅਤੇ ਹੋਰ ਕਈ ਕੁਦਰਤੀ ਸਵਾਲ ਜੋ ਮਿਨਿਸਟਰੀ ਨੂੰ ਪੁੱਛੇ ਜਾਂਦੇ ਹਨ। ਲੋਕ ਇਸ ਬਾਰੇ ਅਸਪਸ਼ਟ ਹਨ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਇਸ 'ਤੇ ਜਵਾਬ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਨਗੀਆਂ, ਜਿਵੇਂ ਕਿ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਇਸ ਵਾਇਰਸ ਬਵਾ ਬਾਰੇ ਨਹੀਂ ਜਾਣਦੇ ਹਨ। ਉਹ ਇਸ ਬਾਰੇ ਨਹੀਂ ਜਾਣਦੇ ਹਨ, ਕੇਵਲ ਪਰਮੇਸ਼ੁਰ ਹੀ ਇਸ ਦੇ ਬਾਰੇ ਜਾਣਦਾ ਹੈ। ਸਿਰਫ ਪਰਮੇਸ਼ੁਰ ਹੀ ਜਾਣਦਾ ਹੈ ਕਿ ਕਿੱਥੋਂ ਇਹ ਸ਼ੁਰੂ ਹੋਈ, ਕਦੋਂ ਇਸ ਨੂੰ ਦੂਰ ਕਰਨਾ ਹੈ ਅਤੇ ਕਿਵੇਂ ਇਸ ਨੂੰ ਦੂਰ ਕਰਨਾ ਹੈ ਅਤੇ ਹੋਰ ਕਿੰਨੇ ਲੋਕ ਇਸ ਨਾਲ ਮਰਨਗੇ ਅਤੇ ਹੋਰ ਕਿੰਨੇ ਲੋਕ ਇਸ ਨਾਲ ਬਿਮਾਰ ਹੋਣਗੇ। ਅਸੀਂ ਪਰਮੇਸ਼ੁਰ ਨੂੰ ਧੰਨਵਾਦ ਅਤੇ ਮਹਿਮਾ ਦਿੰਦੇ ਹਾਂ ਅਤੇ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ 10 ਹੁਕਮਾਂ ਅਤੇ ਪਰਮੇਸ਼ੁਰ ਦੇ ਹੋਰ ਨਿਯਮਾਂ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ। ਬਿਮਾਰੀ ਪਾਪ ਦੇ ਕਾਰਨ ਆਉਂਦੀ ਹੈ ਅਤੇ ਇਹ ਪਾਪ ਦੇ ਲੱਛਣ ਹਨ। ਹੁਣ ਸਾਨੂੰ ਆਗਿਆਕਾਰੀ ਕਰਨੀ ਚਾਹੀਦੀ ਹੈ। ਜ਼ਿੰਦਗੀ ਦੀਆਂ ਕੁਦਰਤੀ ਸਾਵਧਾਨੀਆਂ ਚੰਗੀਆਂ ਹਨ ਅਤੇ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਪਰ ਇਹ ਆਪਣੇ ਆਪ ਵਿੱਚ ਇਸ ਬਵਾਂ ਨੂੰ ਰੋਕ ਨਹੀਂ ਸਕੇਗਾ। ਬਹੁਤ ਸਾਰੀਆਂ ਬਵਾਂ ਜੋ ਮਨੁੱਖ ਜਾਤੀ 'ਤੇ ਆਈਆਂ, ਉਸ ਵਾਸਤੇ ਆਤਮਿਕ ਬੇਨਤੀ ਤੌਬਾ ਕਰਨਾ ਸੀ ਅਤੇ ਜੇਕਰ ਆਦਮੀ ਤੌਬਾ ਨਹੀਂ ਕਰਦਾ ਤਾਂ ਉਸਦੀਆਂ ਪ੍ਰਾਰਥਨਾਵਾਂ ਸੁਣੀਆਂ ਨਹੀਂ ਜਾਂਦੀਆਂ। ਵਿਅਕਤੀਗਤ ਲੋਕ ਇਸ ਨੂੰ ਸਵੀਕਾਰ ਕਰਨਗੇ, ਉਹ ਸਲਾਹ ਦੇ ਇਹਨਾਂ ਥੋੜ੍ਹੇ ਬਹੁਤ ਹਿੱਸਿਆਂ ਨੂੰ ਪੂਰਾ ਕਰਨਗੇ। ਹੋ ਸਕਦਾ ਹੈ ਸੰਸਾਰ ਦੀਆਂ ਕੌਮਾਂ ਇਸ ਨੂੰ ਲੈਣ, ਪਰ ਸਾਰੇ ਇਸ ਨੂੰ ਨਹੀਂ ਲੈਣਗੇ। ਨਹੀਂ, ਉਹਨਾਂ ਨੂੰ ਪਹਿਲਾਂ ਪਰਮੇਸ਼ੁਰ ਦੇ 10 ਹੁਕਮਾਂ ਦੀ ਆਗਿਆਕਾਰੀ ਕਰਨੀ ਜ਼ਰੂਰੀ ਹੈ ਅਤੇ ਤਦ ਤੁਸੀਂ ਗੇਂਦ ਨੂੰ ਰੇੜਨਾ ਸ਼ੁਰੂ ਕਰਦੇ ਹੋ। ਸੰਸਾਰ ਕਦੇ ਵੀ ਸਮੁੱਚੇ ਤੌਰ 'ਤੇ ਤੌਬਾ ਨਹੀਂ ਕਰੇਗਾ, ਪਰ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਉਹ ਲੋਕ ਹੀ ਤੌਬਾ ਕਰਨਗੇ। ਅਸੀਂ ਸੰਸਾਰ ਦੇ ਅਧਿਕਾਰੀਆਂ ਦੀ ਸਲਾਹ ਨੂੰ ਸਮਝ ਸਕਦੇ ਹਾਂ ਜੋ ਉਹ ਕੁਦਰਤੀ ਰੂਪ ਵਿੱਚ ਦੇ ਰਹੇ ਹਨ ਕਿ ਕਿਵੇਂ ਇਸ ਕੋਵਿਡ-19 ਦੇ ਸੰਬੰਧ ਵਿੱਚ ਵਿਵਹਾਰ ਕਰਨਾ ਹੈ ਅਤੇ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ, ਜਿਸ ਨੂੰ ਕਿ ਅਸੀਂ ਸਰਵ ਸ਼ਕਤੀਮਾਨ ਦੀ ਬਵਾ ਆਖਦੇ ਹਾਂ। ਮਸੀਹੀਆਂ ਦੇ ਕੋਲ ਇੱਕ ਸ਼ਾਨਦਾਰ ਅਤੇ ਮਹੱਤਵਪੂਰਨ ਸਵਾਲ ਹੈ ਅਤੇ ਉਹ ਇਹ ਹੈ ਕਿ ਸੰਸਾਰ ਉਤਪੁੱਤ ਲੈ ਕੇ ਪ੍ਰਕਾਸ਼ ਦੀ ਪੋਥੀ ਵਿਚਲੀ ਪਰਮੇਸ਼ੁਰ ਦੀ ਸ਼ਰ੍ਹਾ ਅਤੇ 10 ਹੁਕਮਾਂ ਬਾਰੇ ਕਿਵੇਂ ਸੋਚਦਾ ਹੈ, ਕਿਵੇਂ ਉਹ ਇਹਨਾਂ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਸੋਚਦੇ ਹਨ ਅਤੇ ਕਿਹੜੀ ਜ਼ਰੂਰਤ ਨਾਲ ਉਹ ਉਹਨਾਂ ਕਾਨੂੰਨਾਂ ਦੀ ਪਾਲਣਾ ਕਰ ਰਹੇ ਹਨ ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਛੁਟਕਾਰਾ ਦੇਣਾ ਹੈ। ਕੀ ਉਹ ਲੋਕ ਉਹਨਾਂ ਪਰਮੇਸ਼ੁਰ ਦੇ ਕਾਨੂੰਨਾਂ, 10 ਹੁਕਮਾਂ ਅਤੇ ਨਵੇਂ ਨੇਮ ਵਿੱਚ ਦਰਜ ਸਾਡੇ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਪ੍ਰਤੀ ਚੁੱਪ ਹਨ? ਉਹ ਉਹਨਾਂ ਪਰਮੇਸ਼ੁਰ ਦੇ ਕਾਨੂੰਨਾਂ ਦੇ ਸੰਬੰਧ ਵਿੱਚ ਕੀ ਕਰ ਰਹੇ ਹਨ ਜਿਸ ਦੀ ਕਿ ਅਸੀਂ ਮਸੀਹੀ ਲੋਕਾਂ ਦੇ ਛੁਟਕਾਰੇ ਵਾਸਤੇ ਇੱਕ ਅਹਿਮ ਭੂਮਿਕਾ ਹੈ ਅਤੇ ਉਹਨਾਂ ਵਾਸਤੇ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਪਰਮੇਸ਼ੁਰ ਦਾ ਆਦਰ ਕਰਦੇ ਹਨ ਅਤੇ ਉਸ ਅੱਗੇ ਪ੍ਰਾਰਥਨਾ ਕਰਦੇ ਹਨ, ਉਹਨਾਂ ਵਾਸਤੇ ਇਹ ਇੱਕ ਅਹਿਮ ਭੂਮਿਕਾ ਹੈ।
पर पहला उन्होंने सर्वशक्तिमान परमेश्वर अगे तौबा करनी चाहिए है, जबकि कोई दवाई या टीका काम नहीं कर रहा है, कोई कुदरती दवाई काम नहीं कर रही है। दुनिया के किसी भी समुद्र का पानी उस बाबा नूं ठीक नहीं कर सकता जो बाबा इस समय संसार पर विच है। हो सकता है कि परमेश्वर कईयां नूं ब्लैस करे, तो हो सकता है वह कुछ चीज़ों नूं लभ लैन जिस नाल के लोगों नूं राहत मिले, पर सिर्फ परमेश्वर ही है जो इस बाबा नूं दूर कर सकता है। सारियां बाबां दा इलाज तौबा है, अते लोगों नूं अपने राहां नूं बदलना होवेगा अते परमेश्वर की आज्ञाकारी करनी होवेगी। की वह इस गल नूं समझदे हन? वह खाणा ना खाण बारे ते होर कई गल्लां बारे गल करदे हन, ये ना करो जां वह ना करो, ये सब कुछ। पर की वह सैक्स नूं विगाड़न वाले हन? अते की इसका इस शुद्धकारी बाबा नाल कुछ लैण देना है जो इस समय दुनिया भर में चल रही है? रोमियां उहदा पहला अध्याय उहदी 18 आयत तो लैके 32 आयत इस तरह के विगाड़ बारे दसदी है, अते इहदे विच हरामकारी, जनाहकारी, समलिंगता, होमोसैक्सुअलिटी अते आदमी अते औरतां दे बारे दसदी है जो अपने मूहां नूं विगाड़ के उत्थे पा रहे हन जिथे ये संबंध नहीं रखता है। रोमियां उहदा पहला अध्याय उहदी 18 आयत विच लिखा है, जिहड़े मनुख सच्चाई नूं कुधर्म नाल दबाई रखते हैं उन्हां दी सारी बेदीनी अते कुधर्म उत्ते परमेश्वर का क्रोध तो आकाशों प्रगट होया, क्यों जो परमेश्वर विखे जो कुछ मालूम हो सकता है सो उन्हां विच प्रकाश है, इसलिए जो परमेश्वर ने उन्हां उत्ते उसनूं प्रगट किया, क्योंकि जगत के उत्पत्त होने तो उहदा अणडिठ सुभा अर्थात उहदी अनादि समर्था अते ईश्वरताई उहदी रचना तो चंगी तरह दिस पैंदी है, इस करके उन्हां दे लई कोई उजर नहीं। भावें उन्होंने परमेश्वर नूं जान लिया पर तां वी परमेश्वर दे योग वडियाई ना कीती, ना उहदा धन्नवाद कीता, सगों अपनियां सोचां विच निकम्मे बन गए अते उन्हां दे बुद्धहीन मन हनेरे हो गए। वह आप नूं बुद्धिवान मन के मूर्ख बन गए अते अविनाशी परमेश्वर दे प्रताप नूं नाशवन मनुख अते पंछियां अते चुपायां अते किसरण वाले जीव जंत दे रूप दी मूरत नाल वटा दिता। इस कारण परमेश्वर ने उन्हां नूं उन्हां दे मनां दे बुरे विषयां विच गंध मंद दे वस कर दिता भई उन्हां दे शरीर आपो विच ही बेपत हो जाण। उन्हां ने परमेश्वर की सच्चाई नूं झूठ नाल वटा दिता अते करतार जिहड़ा जुगो जुग धन है आमीन नूं छड के सृष्टि की पूजा अते उपासना की। इसे कारण परमेश्वर ने उन्हां नूं नीच वासना दे वस कर दिता क्यों जो उन्हां दीआं नारां ने अपने सुभाविक काम नूं उहदे नाल वटा दिता जिहड़ा सुभाव दे विरुद्ध है। इसे तरह नर भी नारियां नाल सुभाविक काम छड के आपो विच ही अपनी कामना विच सड़ गए। नरां ने नरां नाल मुकालक दे काम कीते अते अपने आप विच अपनी भुल दे योग फल भोगिया। जिवें परमेश्वर नूं अपनी पछाण विच रखना उन्हां नूं चंगा ना लगा, उवें परमेश्वर ने उन्हां नूं मंदी बुद्ध दे वस कर दिता भई निखिद काम करन। वह हर प्रकार के कुधर्म, बदी, लोभ अते बुराई नाल भरे हुए सन। खार, कात, छगड़े, छल अते बदनीति नाल भरपूर हो गए। लावे लुतरे, निंदक, परमेश्वर दे वैरी, धक्के खोरे, अहंकारी, शेखीबाज, बदियां दे उस्ताद, मापियां दे अण आज्ञाकार, निर्बुद्ध, नेम तोड़न वाले, निर्मोह अते निर्दयी हुए अते ओह परमेश्वर दी विधि जाण के भई इहो जिहे काम करन वाले मरण दे योग हन निरे आप ही नहीं करदे सगों करन वालियां तों वी प्रसन्न हुंदे हन। की ए इत्थे है कि ए बाबा एक तो दूजे तक जा रही है? कि इस बाबा दे समय विच कोई कानून इत्थे है जिथे कि ओह आदमी अते औरतां नूं इस दुष्ट विगाड करन तों अते मूहां नूं इधर उधर पाउण तों रोक रहे हन? वह रेस्टोरेंटां विच खाणा ना खाण बारे गल करदे हन, असीं इहदे नाल सहमत हाँ, पर की ओह उस दुष्टता बारे गल कर रहे हन जो आदमी अपने मूँह नाल करदा है, अपने हत्थां नाल करदा है अते हरामकारी ते जनाहकारी करन विच परमेश्वर दी शरा दे विरुद्ध वरतदा है? कि उन्हां ने 10 हुक्मां संबंधी कोई सख्त कानून पास किया है कि जिथे तुसीं अपने मूँह दी वरतों नहीं करनी है, जिवें कि ओह किसी कैंडी नूं चूस रहे होण? मैं ये नहीं सुनिया है। असीं मसीहियां ने एक कानून पास हुंदे नहीं सुनिया है कि वह जल्दी ही इस नूं पास कर देंगे, अजिहा लगता है। इस संसार पर विच क्यों है? 10 हुक्मां नूं तोड़न तो बाद ये इस संसार विच क्यों चल रहा है?
ਹੁਣ ਲਿਖਤਾਂ ਬਾਰੇ ਕੀ, ਬਾਈਬਲ ਦੀਆਂ ਹੋਰਨਾਂ ਉਦਾਹਰਨਾਂ ਬਾਰੇ ਕੀ? ਜੇਕਰ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋ ਤਾਂ ਤੁਸੀਂ ਫਿਰ ਧਰਮ ਸ਼ਾਸਤਰ ਨਾਲ ਵੀ ਸਹਿਮਤ ਨਹੀਂ ਹੋਵੋਗੇ, ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਨਾਲ ਵੀ ਸਹਿਮਤ ਨਹੀਂ ਹੋਵੋਗੇ। ਤੁਸੀਂ ਇੱਕ ਮਸੀਹੀ ਹੋਣ ਦੇ ਵਜੋਂ ਕੀ ਕਰ ਰਹੇ ਹੋ ਜੋ ਸਾਰੇ ਵਚਨ ਨੂੰ ਪੂਰਾ ਨਹੀਂ ਕਰਦੇ ਹਨ ਪਰ ਤੁਸੀਂ ਉਹਨੂੰ ਅੱਧਾ ਹੀ ਪੂਰਾ ਕਰਦੇ ਹੋ? ਇੱਥੇ ਇੱਕ ਉਦਾਹਰਨ ਹੈ। ਸਾਡੇ ਕੋਲ ਦੋ ਦੂਤ ਸਦੂਮ ਨੂੰ ਜਾ ਰਹੇ ਹਨ। ਸ਼ਬਦ ਸਦੂਮ ਮਨੁੱਖ ਨਾਲ ਮਨੁੱਖ ਦੇ ਵਿਗਾੜ ਨੂੰ ਦਰਸਾਉਂਦਾ ਹੈ। ਅਤੇ ਜਦੋਂ ਦੂਤ ਉੱਥੇ ਸਨ, ਉਹਨਾਂ ਨੇ ਇੱਕ ਆਦਮੀ ਨੂੰ ਲੈਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹਨਾਂ ਨੇ ਦੂਤਾਂ ਨਾਲ ਸਮਲਿੰਗਤਾ ਕਰਨ ਦੀ ਕੋਸ਼ਿਸ਼ ਕੀਤੀ, ਹੋਮੋਸੈਕਸਲ ਜਿਹਨੂੰ ਆਖਦੇ ਹਨ। ਅਤੇ ਜਿਹੜੇ ਦੂਤ ਉੱਥੇ ਆਏ ਸਨ, ਉਹਨਾਂ ਨੇ ਆਪਣੇ ਹੱਥ ਅੱਗੇ ਵਧਾਏ ਅਤੇ ਉਹਨਾਂ ਸਦੂਮੀਆਂ ਨੂੰ ਅੰਨੇ ਕਰ ਦਿੱਤਾ, ਕਿਉਂਕਿ ਉਹਨਾਂ ਨੇ ਉਹਨਾਂ ਨਾਲ ਕੁਝ ਬਦਤਰ ਕਰਨ ਦੀ ਧਮਕੀ ਦਿੱਤੀ ਜੋ ਕਿ ਦੂਤ ਸਨ। ਤੁਸੀਂ ਜਾਣਦੇ ਹੋ ਕਿ ਇਸਦਾ ਕੀ ਕਾਰਨ ਹੈ ਅਤੇ ਤੁਸੀਂ ਜਾਣਦੇ ਹੋ ਕਿ ਇਹਦੇ ਕਰਕੇ ਇਸ ਸੰਸਾਰ ਦਾ ਕੀ ਬਣੇਗਾ। ਹੁਣ ਜੇਕਰ ਪਰਮੇਸ਼ੁਰ ਸੰਸਾਰ ਨਾਲ ਉੱਦਾਂ ਨਹੀਂ ਕਰਦਾ ਜਿੱਦਾਂ ਉਹਨੇ ਸਦੂਮ ਅਤੇ ਅਮਰਾ ਨਾਲ ਕੀਤਾ, ਤਦ ਉਸਨੂੰ ਸਦੂਮ ਅਤੇ ਅਮਰਾ ਨੂੰ ਦੁਬਾਰਾ ਖੜ੍ਹਾ ਕਰਨਾ ਪਵੇਗਾ ਅਤੇ ਉਹਨਾਂ ਤੋਂ ਮਾਫ਼ੀ ਮੰਗਣੀ ਪਵੇਗੀ, ਨਹੀਂ ਤਾਂ ਫਿਰ ਪਰਮੇਸ਼ੁਰ ਪਰਮੇਸ਼ੁਰ ਨਹੀਂ ਹੈ। ਇਸ ਸੰਸਾਰ ਨੂੰ ਫਿਰ ਤੋਂ ਅੱਗ ਦੇ ਗੰਧਕ ਨਾਲ ਉੱਪਰ ਤੋਂ ਸਾੜੇ ਜਾਣ ਦਾ ਵਾਅਦਾ ਕੀਤਾ ਗਿਆ ਹੈ, ਮਲਾਕੀ 4। ਪਰ ਪਰਮੇਸ਼ੁਰ ਇਸ ਤੋਂ ਪਹਿਲਾਂ ਇੱਕ ਨਬੀ ਨੂੰ ਭੇਜੇਗਾ, ਪ੍ਰਕਾਸ਼ ਦੀ ਪੋਥੀ 18 ਦੇ ਅਤੇ ਹੋਰ ਬਹੁਤ ਸਾਰੀਆਂ ਲਿਖਤਾਂ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਧਰਤੀ ਨੂੰ ਸਾੜ ਦੇਵੇਗਾ, ਜਿੱਦਾਂ ਕਿ ਲਿਖਿਆ ਹੈ, ਤਾਂ ਵੇਖੋ ਉਹ ਦਿਨ ਆਉਂਦਾ ਹੈ ਤੰਦੂਰ ਵਾਂਗੂ ਸਾੜਨ ਵਾਲਾ, ਸਾਰੇ ਆਕੜਬਾਜ ਅਤੇ ਸਾਰੇ ਦੁਸ਼ਟ ਪੁਠਾ ਹੋਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾ ਦਾ ਯਹੋਵਾ ਆਖਦਾ ਹੈ। ਉਹ ਉਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ। ਹੁਣ ਲਿਖਤ ਦੇ ਦੂਜੇ ਹਿੱਸੇ ਨੂੰ ਪੜ੍ਹਨਾ ਜਾਰੀ ਰੱਖੋ, ਜਿੱਥੇ ਲਿਖਿਆ ਹੈ, ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਕ ਦਿਨ ਆਵੇ। ਹਾਂ, ਇਹ ਬਵਾਂ ਐਵੇਂ ਹੀ ਨਹੀਂ ਆ ਰਹੀਆਂ ਹਨ, ਇਹ ਸਰਵ ਸ਼ਕਤੀਮਾਨ ਪਰਮੇਸ਼ੁਰ ਆਪਣੇ ਕੰਮ ਦੇ ਉੱਪਰ ਹੈ। ਸੰਸਾਰ ਦੇ ਲੋਕ ਤੌਬਾ ਕਰਨਗੇ ਪਰ ਬਹੁਤ ਥੋੜ੍ਹੇ ਲੋਕ ਹਨ ਜੋ ਇਹਨੂੰ ਲੱਭਦੇ ਹਨ। ਮੱਤੀ 7:13 ਉਹਦੀ 13 ਆਇਤ 'ਚ ਲਿਖਿਆ ਹੈ, ਪੀੜੇ ਫਾਟਕ ਤੋਂ ਵੜੋ, ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ, ਔਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਕੀ? ਅਸੀਂ ਮਨੁੱਖਾਂ ਦੇ ਕਾਨੂੰਨਾਂ ਦੀ ਆਗਿਆਕਾਰੀ ਕਰਦੇ ਹਾਂ, ਆਮੀਨ। ਮੈਂ ਨਹੀਂ ਜਾਣਦਾ ਕਿ ਜੇ ਇਸ ਸੰਸਾਰ ਦੇ ਨਿਯਮ ਸਾਨੂੰ ਚੇਤਾਵਨੀ ਦੇ ਰਹੇ ਹਨ ਕਿ ਆਪਣੇ ਮੂੰਹਾਂ ਨੂੰ ਗੰਦੀਆਂ ਥਾਵਾਂ ਵਿੱਚ ਨਾ ਪਾਓ। ਤੁਸੀਂ ਸ਼ਾਇਦ ਉਹਨਾਂ ਸਵਾਲਾਂ ਦੇ ਜਵਾਬ ਦੇ ਸਕੋ। ਇਹ ਦੁਨੀਆ ਵਿੱਚ ਸਭ ਤੋਂ ਭੈੜਾ ਕੰਮ ਹੈ ਜਦੋਂ ਲੋਕ ਆਪਣੇ ਮੂੰਹ ਨੂੰ ਕੁੱਤਿਆਂ ਦੀ ਤਰ੍ਹਾਂ ਵਰਤਦੇ ਹਨ। ਇਹਨਾਂ ਗੱਲਾਂ ਬਾਰੇ ਕੀ ਕਿਹਾ ਜਾ ਰਿਹਾ ਹੈ? ਕੀ ਉਹ ਇਸ ਦੇ ਵਿਰੁੱਧ ਕੋਈ ਕਾਨੂੰਨ ਪਾਸ ਕਰ ਰਹੇ ਹਨ ਕਿ ਇਹ ਬਿਮਾਰੀ ਨੂੰ ਫੈਲਾ ਰਿਹਾ ਹੈ? ਕੀ ਇਹ ਭੈੜੇ ਕੰਮਾਂ ਦੁਆਰਾ ਇਸ ਵਾਇਰਸ ਨੂੰ ਅੱਗੇ ਵਧਾ ਰਿਹਾ ਹੈ? ਦੁਸ਼ਟ ਕੰਮ ਜੋ ਹੁਣ ਬੱਚਿਆਂ ਨਾਲ ਹੋ ਰਹੇ ਹਨ, ਮੈਂ ਆਦਮੀ ਅਤੇ ਪਤਨੀ ਦੇ ਵਿਰੁੱਧ ਸ਼ਾਦੀਸ਼ੁਦਾ ਲੋਕਾਂ ਵਿਰੁੱਧ ਅਜਿਹਾ ਕਾਨੂੰਨ ਨਹੀਂ ਸੁਣਿਆ ਹੈ। ਤੁਸੀਂ ਕਿੱਥੇ ਹੋ? ਉਹ ਆਦਮੀ ਕਿੱਥੇ ਹੈ ਜੋ ਖੜ੍ਹਾ ਹੋ ਕੇ ਕਹਿ ਰਿਹਾ ਹੈ ਕਿ ਤੁਸੀਂ ਗਲਤ ਜਗ੍ਹਾ 'ਤੇ ਆਪਣੇ ਮੂੰਹ ਦੀ ਵਰਤੋਂ ਕਰ ਰਹੇ ਹੋ? ਤੁਸੀਂ 10 ਹੁਕਮ ਤੋੜ ਰਹੇ ਹੋ। ਇਹ ਗੰਦਾ ਜੀਵਨ ਬਤੀਤ ਕਰਨਾ ਜੋ ਕਿ ਵਾਇਰਸ ਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਕੇ ਫੈਲਾਉਣ ਦਾ ਕਾਰਨ ਬਣ ਰਿਹਾ ਹੈ। ਕੀ ਉਹਨਾਂ ਨੇ ਵੇਸਵਾ ਪੁਣੇ ਨੂੰ ਰੋਕਿਆ ਹੈ? ਕੀ ਉਹਨਾਂ ਨੇ ਵਿਗਾੜ ਨੂੰ ਰੋਕ ਦਿੱਤਾ ਹੈ? ਕੀ ਉਹਨਾਂ ਨੇ ਹਰਾਮਕਾਰੀ ਨੂੰ ਰੋਕ ਦਿੱਤਾ ਹੈ? ਅਤੇ ਕੀ ਉਹਨਾਂ ਨੇ ਵੇਸਵਾ ਨੂੰ ਛੂਹਣਾ ਬੰਦ ਕਰ ਦਿੱਤਾ ਹੈ? ਇਹ ਕਿੱਥੇ ਹੈ? ਉਹ ਕਿਸ ਦੇਸ਼ ਵਿੱਚ ਇਸ ਦੀ ਪ੍ਰੈਕਟਿਸ ਕਰ ਰਹੇ ਹਨ? ਮੈਂ ਕੁਝ ਕੁ ਬਾਰੇ ਸੁਣਿਆ ਹੈ, ਪਰਮੇਸ਼ੁਰ ਉਹਨਾਂ ਨੂੰ ਬਰਕਤ ਦੇਵੇ ਜੇਕਰ ਉਹ ਹਰਾਮਕਾਰੀ, ਜਨਾਹਕਾਰੀ ਅਤੇ ਵਿਗਾੜ ਦੇ ਖਿਲਾਫ ਲੜ ਰਹੇ ਹਨ। ਇਹ ਵਿਗਾੜ ਪਰਮੇਸ਼ੁਰ ਦੇ ਅੱਗੇ ਗੰਦਾ ਹੈ। ਹੁਣ ਕੱਪੜਿਆਂ ਬਾਰੇ ਪੜ੍ਹੋ। ਪਰਮੇਸ਼ੁਰ ਨੇ ਵਿਵਸਥਾ ਸਾਰ 22:5 ਵਿੱਚ ਕੀ ਕਿਹਾ ਹੈ? ਉਹ ਨੰਗੇ ਚੱਲ ਰਹੇ ਹਨ। ਕੀ ਇਹ ਨੰਗੇਜ ਇਸ ਬਵਾ ਨੂੰ ਹੋਰ ਜ਼ਿਆਦਾ ਫੈਲਾਉਣ ਦਾ ਕਾਰਨ ਬਣ ਰਿਹਾ ਹੈ? ਪਰ ਯਕੀਨਨ ਤੌਰ 'ਤੇ ਪਰਮੇਸ਼ੁਰ ਦੇ ਹੁਕਮਾਂ ਨੂੰ ਤੋੜਨਾ ਇਹ ਕੰਮ ਕਰੇਗਾ। 10 ਹੁਕਮਾਂ ਨੂੰ ਤੋੜਨਾ ਇਹ ਕਰੇਗਾ। ਕਿਸੇ ਨੂੰ ਇਹ ਨਾ ਕਹਿਣ ਦਿਓ ਕਿ ਪਰਮੇਸ਼ੁਰ ਸੰਸਾਰ ਨੂੰ ਸਜ਼ਾ ਨਹੀਂ ਦੇ ਰਿਹਾ ਹੈ। ਉਹ ਨਿਸ਼ਚਿਤ ਤੌਰ 'ਤੇ ਸਾਰੇ ਸੰਸਾਰ ਨੂੰ, ਪਾਪੀਆਂ ਨੂੰ, ਸੰਤਾਂ ਨੂੰ, ਬੱਚਿਆਂ ਨੂੰ ਵਿਗਾੜਨ ਵਾਲਿਆਂ ਨੂੰ, ਝੂਠੇ ਮਸਾਂ ਕੀਤੇ ਹੋਇਆਂ ਨੂੰ ਅਤੇ ਸਾਰੇ ਦੁਸ਼ਟਾਂ ਨੂੰ ਸਜ਼ਾ ਦੇ ਰਿਹਾ ਹੈ। ਅਤੇ ਉਹਨਾਂ ਦੇ ਬਚਨ ਦਾ ਇੱਕੋ ਇੱਕ ਮਾਰਗ ਹੈ ਅਤੇ ਉਹ ਹੈ ਤੌਬਾ।
ਅਤੇ ਸਰਵ ਸ਼ਕਤੀਮਾਨ ਪਰਮੇਸ਼ੁਰ ਦੇ ਅੱਗੇ ਚਿਲਾਉਣਾ ਜਿਸ ਨੂੰ ਕਿ ਉਹਨਾਂ ਨੇ ਨਾਰਾਜ਼ ਕੀਤਾ ਹੈ। ਉਹਨਾਂ ਨੂੰ ਪਰਮੇਸ਼ੁਰ ਕੋਲ ਜਾਣ ਦਿਓ, ਕਿਉਂਕਿ ਅਸੀਂ ਪਰਮੇਸ਼ੁਰ ਦੀ ਬਾਈਬਲ ਵਿੱਚੋਂ ਹਵਾਲੇ ਦੇ ਰਹੇ ਹਾਂ। ਅਸੀਂ ਉਹ ਕਹਿ ਰਹੇ ਹਾਂ ਜੋ ਪਰਮੇਸ਼ੁਰ ਚਾਹੁੰਦਾ ਹੈ ਅਤੇ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ। ਤੁਸੀਂ ਉਹਨਾਂ ਲੋਕਾਂ ਨਾਲ ਬਹਿਸ ਨਹੀਂ ਕਰ ਸਕਦੇ ਜੋ ਬਾਈਬਲ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪਰਮੇਸ਼ੁਰ ਨੂੰ ਬਾਈਬਲ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ। ਨਹੀਂ, ਤੁਸੀਂ ਪਰਮੇਸ਼ੁਰ ਕੋਲੋਂ ਆਓ ਅਤੇ ਕਾਇਨ ਵਾਂਗ ਪਰਮੇਸ਼ੁਰ ਨਾਲ ਝਗੜਾ ਕਰੋ। ਜਦੋਂ ਪਰਮੇਸ਼ੁਰ ਨੇ ਉਸ ਨੂੰ ਤਾੜਿਆ ਤਾਂ ਉਹ ਮੁੜਿਆ ਅਤੇ ਪਰਮੇਸ਼ੁਰ ਨੂੰ ਕਿਹਾ ਕਿ ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ? ਉਸਨੇ ਉਹਨੂੰ ਮਾਰਿਆ ਅਤੇ ਉਹਨੂੰ ਕਿਤੇ ਛੁਪਾ ਦਿੱਤਾ। ਹੁਣ ਕੀ ਆਦਮੀ ਪਰਮੇਸ਼ੁਰ ਨਾਲ ਬਹਿਸ ਕਰਨੀ ਚਾਹੁੰਦਾ ਹੈ? ਤਦ ਜਾਓ ਅਤੇ ਪਰਮੇਸ਼ੁਰ ਨਾਲ ਬਹਿਸ ਕਰੋ ਅਤੇ ਤੁਹਾਨੂੰ ਤੁਹਾਡਾ ਹਿੱਸਾ ਪਤਾ ਲੱਗ ਜਾਵੇਗਾ। ਸਵਰਗੀ ਪਰਮੇਸ਼ੁਰ ਉਹਨਾਂ ਸਾਰਿਆਂ 'ਤੇ ਕਿਰਪਾ ਕਰੇ ਜੋ ਤੌਬਾ ਕਰਨਗੇ ਅਤੇ ਉਸ ਇਕੱਲੇ ਨੂੰ ਸ੍ਰਿਸ਼ਟੀਕਰਤਾ ਅਤੇ ਪਰਮੇਸ਼ੁਰ ਕਰਕੇ ਜਾਣਨਗੇ ਅਤੇ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਰਕੇ ਕਬੂਲ ਕਰਨਗੇ। ਪਰਮੇਸ਼ੁਰ ਕਿਰਪਾ ਕਰੇ ਹੋਵੇ ਕਿ ਲੋਕ ਦਇਆ ਦੇ ਵਾਸਤੇ ਦੁਹਾਈ ਦੇਣ। ਇਹ ਬੈਥਲ ਦਾ ਹਾਊਸ ਆਫ ਗੋਡ ਦੀ ਅਤੇ ਦੁਨੀਆ ਭਰ ਵਿੱਚ ਹਰ ਇੱਕ ਕਲੀਸੀਆ ਦੀ ਜੋ ਇਹਨਾਂ ਗੱਲਾਂ 'ਤੇ ਵਿਸ਼ਵਾਸ ਕਰਦੀ ਹੈ ਅਤੇ ਸਹੀ ਜੀਵਨ ਜਿਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਉਹਨਾਂ ਦੀ ਪ੍ਰਾਰਥਨਾ ਹੈ ਕਿ ਸਰਵ ਸ਼ਕਤੀਮਾਨ ਪਰਮੇਸ਼ੁਰ ਦੀਆਂ ਬਰਕਤਾਂ ਉਹਨਾਂ ਦੇ ਉੱਪਰ ਹੋਣ ਜੋ ਤੌਬਾ ਕਰਨਗੇ। ਪ੍ਰਚਾਰਕੋ, ਤੁਸੀਂ ਕੀ ਪ੍ਰਚਾਰ ਕਰ ਰਹੇ ਹੋ? ਕੀ ਤੁਸੀਂ ਇਸ ਤਰ੍ਹਾਂ ਦੀਆਂ ਬੁਰਿਆਈਆਂ ਦੇ ਖਿਲਾਫ਼ ਪ੍ਰਚਾਰ ਕਰ ਰਹੇ ਹੋ ਜਾਂ ਕੀ ਤੁਸੀਂ ਇਸ ਤਰ੍ਹਾਂ ਦੀਆਂ ਸਾਰੀਆਂ ਬੁਰਿਆਈਆਂ ਨੂੰ ਬਰਦਾਸ਼ਤ ਕਰ ਰਹੇ ਹੋ? ਸਵਰਗੀ ਪਰਮੇਸ਼ੁਰ ਲੋਕਾਂ ਦੀਆਂ ਜਾਨਾਂ 'ਤੇ ਦਇਆ ਕਰੇ, ਕਿਉਂਕਿ ਤੁਸੀਂ ਉਹਨਾਂ ਨੂੰ ਵਚਨ ਦੇ ਖਿਲਾਫ਼ ਜੀਵਨ ਜਿਉਣ ਲਈ ਧੋਖਾ ਦਿੱਤਾ ਹੈ। ਤੁਹਾਡੇ ਕੋਲ ਕਲੀਸੀਆ ਵਿੱਚ ਉਹ ਲੋਕ ਹਨ ਜੋ ਸੰਸਾਰ ਦੇ ਉਹਨਾਂ ਨੂੰ ਕੰਮਾਂ ਨੂੰ ਕਰ ਰਹੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ, ਅਤੇ ਤੁਸੀਂ ਉਹਨਾਂ ਨੂੰ ਉਹ ਸਾਰੇ ਕੰਮ ਕਰਨ ਦੀ ਇਜਾਜ਼ਤ ਦਿੰਦੇ ਹੋ ਕਿਉਂਕਿ ਉਹ ਤੁਹਾਨੂੰ ਦਸਵੰਧ ਦੇ ਰਹੇ ਹਨ। ਤੁਸੀਂ ਉਹਨਾਂ ਦੀਆਂ ਜਾਨਾਂ ਤੋਂ ਵੱਧ ਕੇ ਉਹਨਾਂ ਦੇ ਦਸਵੰਧ ਚਾਹੁੰਦੇ ਹੋ। ਪਰਮੇਸ਼ੁਰ ਤੁਹਾਡੇ ਨਾਲ ਡੀਲ ਕਰਨ ਜਾ ਰਿਹਾ ਹੈ। ਹੇ ਝੂਠੇ ਪ੍ਰਚਾਰਕੋ ਅਤੇ ਝੂਠੇ ਮਸਾਂ ਕੀਤੇ ਹੋਇਓ, ਤੌਬਾ ਕਰੋ ਅਤੇ ਲੋਕਾਂ ਨੂੰ ਸੱਚਾਈ ਦੱਸੋ ਕਿ ਤੁਸੀਂ ਉਹਨਾਂ ਦੇ ਪੈਸੇ ਦੇ ਮਗਰ ਹੋ ਅਤੇ ਤੁਸੀਂ ਹਰਾਮਕਾਰੀ ਵਿੱਚ ਰਹਿ ਰਹੇ ਹੋ ਅਤੇ ਤੁਸੀਂ ਪਰਮੇਸ਼ੁਰ ਦੇ ਦਸਵਾਂ ਹੁਕਮਾਂ ਨੂੰ ਤੋੜ ਰਹੇ ਹੋ। ਲੋਕਾਂ ਨੂੰ ਆਜ਼ਾਦ ਕਰੋ, ਨਹੀਂ ਤਾਂ ਪਰਮੇਸ਼ੁਰ ਇਹਨਾਂ ਸਾਰੇ ਪ੍ਰਚਾਰਕਾਂ ਨੂੰ ਨਸ਼ਟ ਕਰ ਦੇਵੇਗਾ ਜੋ ਲੋਕਾਂ ਨੂੰ ਆਪਣੇ ਪੈਸਿਆਂ ਵਾਸਤੇ ਧੋਖਾ ਦੇ ਰਹੇ ਹਨ। ਇਸ ਮਹੱਤਵਪੂਰਨ ਸਮੇਂ ਵਿੱਚ ਕੀ ਤੁਸੀਂ ਦਸਵੰਧ ਲੈ ਕੇ ਜਿਨ੍ਹਾਂ ਦਾ ਤੁਸੀਂ ਢੇਰ ਲਗਾਇਆ ਸੀ ਅਤੇ ਤੁਸੀਂ ਉਹਨਾਂ ਲੋਕਾਂ ਨੂੰ ਦੇ ਰਹੇ ਹੋ ਜੋ ਕੰਮ ਨਹੀਂ ਕਰ ਰਹੇ ਹਨ? ਤੁਸੀਂ ਜਿੱਥੇ ਕਿਤੇ ਵੀ ਸੰਸਾਰ ਭਰ ਵਿੱਚ ਹੋ, ਕੀ ਤੁਸੀਂ ਉਸ ਦਸਵੰਧ ਨੂੰ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ ਜੋ ਤੁਸੀਂ ਇਸ ਸਮੇਂ ਵਿੱਚ ਉਹਨਾਂ ਲੋਕਾਂ ਦੇ ਆਰਾਮ ਨਾਲ ਰਹਿਣ ਵਾਸਤੇ ਇਕੱਠੇ ਕੀਤੇ ਸਨ? ਪਰਮੇਸ਼ੁਰ ਤੁਹਾਡੇ ਨਾਲ ਡੀਲ ਕਰੇਗਾ। ਹਾਂ, ਇੱਥੇ ਸੰਸਾਰ ਭਰ ਵਿੱਚ ਉਹ ਲੋਕ ਹਨ ਜੋ ਇਸ ਤਰ੍ਹਾਂ ਕਰ ਰਹੇ ਹਨ। ਆਮੀਨ, ਆਮੀਨ।